ਰੈਡੀ ਠੀਕ ਹੈ ਚਲੀਏ ਸਤਿ ਸ਼੍ਰੀ ਅਕਾਲ ਜੀ ਜੈਸੇ ਕਿ ਪੰਜਾਬੀ ਯੂਨੀਵਰਸਿਟੀ ਵਿੱਚ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਡਿਊਰੇਸ਼ਨ ਦੇ ਵਿੱਚ ਅੱਜ ਸ਼੍ਰੀ ਹਰਬੰਸ ਭੱਲਾ ਜੀ ਦੀ ਜਿਹੜੀ ਕਿਤਾਬ ਹੈਗੀ ਪੀਲੇ ਪੱਤਰੇ ਅੱਜ ਰਿਲੀਜ਼ ਕੀਤੀ ਗਈ ਹੈਗੀ ਹੈ ਔਰ ਇਸ ਵਿੱਚ ਉਹਨਾਂ ਨੇ 1700 ਵਿਸ਼ੇ 'ਤੇ 70,000 ਸ਼ਾਇਰੇ ਜਿਹੜੇ ਹੈਗੇ ਉਹ ਬਿਆਨ ਕੀਤੇ ਗਏ ਹੈਗੇ ਆ ਔਰ ਉਸ ਵਿੱਚ ਉਹਨਾਂ ਨੇ ਅੱਜ ਹਰ ਕੁਦਰਤ ਦੇ ਉਸ ਪਹਿਲੂ ਦੇ ਉੱਤੇ ਲਿਖਿਆ ਔਰ ਸਮਝਾਇਆ ਗਿਆ ਜਿਹੜਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਯੂਜ਼ ਦੇ ਵਿੱਚ ਆਉਂਦੇ ਨੇ ਵਰਤੋਂ ਦੇ ਵਿੱਚ ਆਉਂਦੇ ਨੇ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਚੀਜ਼ ਉਹਨਾਂ ਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਆਪਣੀ ਬੁੱਕ ਰਾਹੀਂ ਜਿਹੜੀ ਪ੍ਰਕਾਸ਼ਿਤ ਕੀਤੀ ਹੈ ਇਹਨੂੰ 10 ਤੋਂ 15 ਸਾਲ ਲੱਗੇ ਬੜੀ ਮਿਹਨਤ ਹੈ ਔਰ ਬਹੁਤ ਚੀਜ਼ਾਂ ਇਹਦੇ ਵਿੱਚ ਛੁਪੀਆਂ ਹੋਈਆਂ ਅੱਜ ਅਸੀਂ ਜਿਹੜੀ ਕਿਤਾਬ ਦੇ ਵਿੱਚ ਹਲੇ ਪੂਰੀ ਕਿਤਾਬ ਤਾਂ ਨਹੀਂ ਪੜ੍ਹ ਹੋਈ ਹੈ ਲੇਕਿਨ ਜਿੰਨਾ ਕੁ ਵਿਸ਼ੇ ਪਤਾ ਲੱਗਿਆ ਹੈ ਕਿ ਇਹਦੇ ਵਿੱਚ ਜਿੰਨਾ ਸੁਣਿਆ ਹੈ ਉਹਦੇ ਵਿੱਚ ਇਹ ਹੈ ਕਿ ਕੁਦਰਤ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਰੱਬ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਉਹਨੂੰ ਅਸੀਂ ਪਿਆਰ ਨਹੀਂ ਕਰਦੇ ਹਾਂ ਕਈ ਵਾਰ ਉਹਨੂੰ ਆਪਾਂ ਧਿਕਾਰਦੇ ਅਸੀਂ ਰੱਬ ਲੱਭਦੇ ਹਾਂ ਕਈ ਜਗ੍ਹਾ ਉਹ ਚੀਜ਼ਾਂ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਨੈਚੁਰਲਿਟੀ ਹੈ ਉਹਨੂੰ ਅਸੀਂ ਕਿਉਂ ਨਹੀਂ ਅਪਣਾ ਰਹੇ ਅੱਜ ਦੀ ਡੇਟ ਦੇ ਵਿੱਚ ਹਰ ਚੀਜ਼ ਆਰਟੀਫਿਸ਼ਲ ਹੋ ਰਹੀ ਹੈ ਹਰ ਚੀਜ਼ ਦਿਖਾਵਾ ਹੋ ਰਿਹਾ ਹੈ ਉਸ ਦਿਖਾਵੇ ਨੂੰ ਦੂਰ ਮਤਲਬ ਕੁਝ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹਨੂੰ ਅਸੀਂ ਫੀਲ ਕਰ ਸਕਦੇ ਕਈ ਵਾਰ ਕੁਦਰਤ ਦੀਆਂ ਕਈ ਚੀਜ਼ਾਂ ਹੈਗੀਆਂ ਨੈਚੁਰਲਿਟੀ ਲੈ ਕੇ ਚੱਲੋ ਜਾਂ ਇਨਸਾਨ ਜਿਹੜੇ ਬਣੇ ਆ ਅਸੀਂ ਨਹੀਂ ਪਿਆਰ ਕਰਦੇ ਹਾਂ ਅੱਜ ਉਹਨਾਂ ਦੇ ਬੇਟੇ ਮਨੀਸ਼ ਭੱਲਾ ਜੀ ਨੇ 10-15 ਸਾਲ ਦੀ ਆਪਣੇ ਪਾਪਾ ਦੀ ਮਿਹਨਤ ਦੀ ਜਿਹੜੀ ਮਤਲਬ ਮਿਹਨਤ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਥਰੂ ਇਲੈਕਟ੍ਰੋਨਿਕ ਜ਼ਰੀਏ ਦੇ ਥਰੂ ਫੇਸਬੁੱਕ ਦੇ ਥਰੂ ਬੁੱਕ ਦੇ ਵਿੱਚ ਹਰ ਜਗ੍ਹਾ 'ਤੇ ਪ੍ਰਕਾਸ਼ਿਤ ਕਰਨ ਦੇ ਲਈ ਉਹਨਾਂ ਨੇ ਅੱਜ ਬਹੁਤ ਸਾਰੀ ਮਿਹਨਤ ਕੀਤੀ ਔਰ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇਹ ਜਿਹੜਾ ਹੈਗਾ ਇਹ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਪਰ ਤੱਕ ਇਹ ਪਹੁੰਚੇ ਕਿਉਂਕਿ ਜੋ ਇਸ ਦੇ ਵਿੱਚ ਲਿਖਿਆ ਗਿਆ ਉਹ ਅੱਜ ਦੀ ਸਾਡੀ ਯੁਵਾ ਪੀੜ੍ਹੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਔਰ ਤਾਂ ਕਿ ਉਹਨਾਂ ਨੂੰ ਇਹ ਪਤਾ ਚੱਲੇ ਕਿ ਐਕਚੁਅਲ ਦੇ ਵਿੱਚ ਸਾਡੇ ਕੀ ਸੰਸਕਾਰ ਆ ਸਾਡੀਆਂ ਰੋਲ ਐਂਡ ਰਿਸਪੋਂਸੀਬਿਲਿਟੀਜ਼ ਕੀ ਆ ਸਾਨੂੰ ਕੀ ਕਰਨਾ ਚਾਹੀਦਾ ਸੱਚ ਕੀ ਹੈ ਸਹੀ ਕੀ ਹੈ ਔਰ ਗਲਤ ਕੀ ਹੈ ਪ੍ਰਾਊਡ ਮੂਵਮੈਂਟ ਹੈ ਬਹੁਤ ਜ਼ਿਆਦਾ ਪ੍ਰਾਊਡ ਹੈ ਹਰਬੰਸ ਲਾਲ ਜੀ ਨੂੰ ਵੀ ਜਿਹੜੇ ਸਾਡੇ ਵਿੱਚ ਨਹੀਂ ਹੈ ਲੇਕਿਨ ਉਹਨਾਂ ਦੇ ਬੇਟੇ ਮਨੀਸ਼ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ 15 ਸਾਲ ਦੀ ਪਾਪਾ ਦੀ ਮਿਹਨਤ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਹਨੂੰ ਪਬਲਿਸ਼ ਕੀਤਾ ਔਰ ਅੱਜ ਸਾਰਿਆਂ ਦੇ ਸਾਹਮਣੇ ਪ੍ਰਕਾਸ਼ਿਤ ਕਰਨ ਦਾ ਕੋਸ਼ਿਸ਼ ਕੀਤੀ ਇਹ ਬਹੁਤ ਵੱਡਾ ਮੂਵਮੈਂਟ ਹੈ ਅੱਜ 6 ਵਰਲਡ ਵਿਸ਼ਵ ਕਾਨਫਰੰਸ ਪੰਜਾਬੀ ਦਾ ਜਿਹੜਾ ਸੀਗਾ ਇਹਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਔਰ ਇਹੀ ਦੁਆ ਕਰਦੇ ਹਾਂ ਕਿ ਮਨੀਸ਼ ਜੀ ਹੋਰ ਜ਼ਿਆਦਾ ਤਰੱਕੀ ਕਰਨ ਪੰਜਾਬੀ ਦੇ ਉੱਤੇ ਜਿਹੜੀ ਚੀਜ਼ਾਂ ਉਹ ਲੈ ਕੇ ਆ ਰਹੇ ਨੇ ਔਰ ਕੰਟੀਨਿਊ ਇਸ ਚੀਜ਼ ਦੇ ਉੱਤੇ ਮਤਲਬ ਆਪਣਾ ਰੈਗੂਲਰ ਰਿਸਰਚ ਰੱਖਣ ਕਈ ਵਾਰ ਸਾਨੂੰ ਵੀ ਗਰਵ ਹੁੰਦਾ ਹੈ ਕਿਉਂਕਿ ਮੈਂ ਪੰਜਾਬੀ ਸਟੇਟ ਦੇ ਵਿੱਚ ਪੈਦਾ ਨਹੀਂ ਹੋਇਆ ਲੇਕਿਨ ਮੈਨੂੰ ਪੰਜਾਬੀ ਬੋਲਣੀ ਬੜੀ ਅੱਛੀ ਲੱਗਦੀ ਹੈ ਬਟ ਮੈਂ ਬੋਰਨ ਪੰਜਾਬ ਨੂੰ ਕਰਦਾ ਮਤਲਬ ਪੰਜਾਬ ਨੂੰ ਬਿਲੋਂਗ ਕਰਦਾ ਹੈ ਤਾਂ ਕਈ ਵਾਰ ਖਾਮੀਆਂ ਨਜ਼ਰ ਆਉਂਦੀਆਂ ਆਪਣੇ ਵਿੱਚ ਕਿ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਆ ਮੈਂ ਸਿੱਖਦਾ ਹਾਂ ਅੱਜ 7-8 ਸਾਲ ਹੋ ਗਏ ਮੈਨੂੰ ਪੰਜਾਬੀ ਸਿੱਖਦਿਆਂ ਨੂੰ ਠੀਕ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀ ਮੈਂ 16 ਸਟੇਟਾਂ 'ਚ ਰਿਹਾ ਔਰ ਸਟੇਟ ਜੇ ਕਿਸੇ ਵੀ ਸਟੇਟ 'ਚ ਜਾਂਦਾ ਤਾਂ ਮੈਨੂੰ ਬੜੀ ਗਰਵ ਫੀਲ ਹੁੰਦਾ ਸੀ ਕਿ ਮੇਰੇ ਘਰ ਦੇ ਕਹਿੰਦੇ ਸੀ ਕਿ ਘਰ ਪੰਜਾਬੀ ਬੋਲਣੀ ਹੈ ਸੋ ਅੱਜ ਉਹੀ ਗੱਲ ਹੈ ਕਿ ਜਦੋਂ ਕੋਈ ਵੀ ਪੰਜਾਬੀ ਬੁੱਕ ਜਾਂ ਕੁਛ ਵੀ ਆਉਂਦੀ ਹੈ ਤਾਂ ਸਾਨੂੰ ਅੱਜ ਇੱਥੇ ਬੁਲਾ ਕੇ ਤੁਹਾਨੂੰ ਪੁੱਛਣ ਦਾ ਜਿਹੜਾ ਉਹ ਕੀਤਾ ਸੀ ਅਸੀਂ ਫੀਲਿੰਗਸ ਜਿਸ ਮੰਚ ਦੇ ਉੱਤੇ ਅੱਜ ਇਹ ਕਿਤਾਬ ਰਿਲੀਜ਼ ਹੋਈ ਅੱਜ ਹਰਬੰਸ ਲਾਲ ਜੀ ਹੋਰਾਂ ਦੀ ਗੈਰ ਮੌਜੂਦਗੀ ਦੇ ਵਿੱਚ ਵੀ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਫੀਲ ਹੋ ਰਿਹਾ ਸੀ ਜਿੱਦਾਂ ਅੱਜ ਵੀ ਉਹ ਸਾਡੇ ਵਿੱਚ ਹੈਗੇ ਨੇ ਕਿਉਂਕਿ ਉਸ ਕਿਤਾਬ ਦੇ ਜ਼ਰੀਏ ਮਨੀਸ਼ ਭੱਲਾ ਜੀ ਨੇ ਜੋ ਚੀਜ਼ਾਂ ਉਹਨਾਂ ਦੀਆਂ ਦਰਸਾਈਆਂ ਉਹ ਇੱਕ ਪੁੱਤਰ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਵੱਡੀ ਉਪਲਬਧੀ ਹੈ ਔਰ ਆਸ਼ਾ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਇੱਦਾਂ ਹੀ ਖੁਸ਼ੀਆਂ ਭਰਿਆ ਮੌਕਾ ਮਿਲਦਾ ਰਹੇ ਅਤੇ ਇਹ ਜਿਹੜੀ ਕਿਤਾਬ ਹੈਗੀ ਇੰਟਰਨੈਸ਼ਨਲ ਸਤਰ ਦੇ ਉੱਤੇ ਤੱਕ ਪਹੁੰਚ ਸਕੇ ਥੈਂਕ ਯੂ ਥੈਂਕ ਯੂ